ਇਹ ਜਿਹੜੀ ਆਈ ਹੈ ਜਦੋਂ ਪਾਖੜਾ ਬਿਆਸ ਪਾਖੜਾ ਦਾ ਖੋਲਿਆ ਇਹਨਾਂ ਨੇ ਗੇਟ ਤੋਂ ਉਸ ਤੋਂ ਪਹਿਲੇ ਕੋਈ ਪਿੰਡਾਂ 'ਚ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਪਿੰਡਾਂ 'ਚ ਅੱਜ ਤੋਂ 15-20 ਦਿਨ ਪਹਿਲਾਂ ਦਿੰਦੇ ਰਹੇ ਸੂਚਨਾ ਜਿੱਦਣ ਉਹ ਪਾਣੀ ਆਇਆ ਉਦੋਂ ਕਿਸੇ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜੀ ਪਹਿਲਾਂ ਲੋਸਮੈਂਟ ਹੁੰਦੀ ਸੀ ਪਿੰਡਾਂ 'ਚ ਅੱਛਾ ਉਸ ਦਿਨ ਲੋਸਮੈਂਟ ਨਹੀਂ ਹੋਈ ਆਖਿਆ ਪ੍ਰਸ਼ਾਸਨ ਨੇ ਕਿਹਾ ਜੀ ਪ੍ਰਸ਼ਾਸਨ ਨੇ ਕਿਹਾ ਪਰ ਅਨਾਉਂਸਮੈਂਟ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਬਿਨਾ ਅਨਾਉਂਸਮੈਂਟ ਦੇ ਖੋਲ ਦਿੱਤੇ ਬਿਨਾ ਲੋਸਮੈਂਟ ਦੇ ਬੋਲੇ ਤੇ ਇਹ ਕਿੰਨੀ ਦੇਰ ਪਾਣੀ ਜਿਹੜਾ ਹੜ ਦਾ ਫੁੱਲ ਰਫਤਾਰ ਤੇ ਕਿੰਨੇ ਦਿਨ ਕਿੰਨੀ ਦੇਰ ਚੱਲਦਾ ਰਿਹਾ ਇਹ 5 ਦਿਨ ਤਾਂ ਜੀ ਪੂਰੇ ਜੋਰ ਤੇ ਚੱਲਿਆ ਜੀ 4-5 ਦਿਨ 4 ਤੋਂ 5 ਦਿਨ ਰਾਤ ਨੂੰ ਛੱਡ ਦਿੰਦੇ ਤੇ ਜ਼ਿਆਦਾ ਹੋਰ ਤੇਜ਼ ਆ ਜਾਂਦਾ ਤਾਂ ਦਿਨਾਂ ਨੂੰ ਥੋੜਾ ਸਲੋ ਹੋ ਜਾਂਦਾ ਤਾਂ ਜਾਨੀ ਕਿ ਪਾਣੀ ਤਾਂ ਲਗਾਤਾਰ ਹੀ ਆਇਆ ਜੀ 5 ਦਿਨ ਤਾਂ ਬាទ ਜੀ ਤੋ ਉਹਦੇ ਉਹਦੇ ਵਿੱਚ ਹੁਣ ਤੁਹਾਨੂੰ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਕੌਣ-ਕੌਣ ਆਇਆ ਤੁਹਾਡਾ ਨੁਕਸਾਨ ਦੇਖਣ ਲਈ ਸਾਡੇ ਐਮਐਲਏ ਸਾਹਿਬ ਤਾਂ ਆਏ ਤੇ ਤੇ ਡੀਸੀ ਸਾਹਿਬ ਵੀ ਅ ਦਿਨੇਸ਼ ਚੱਟਾ ਜੀ ਅੱਛਾ ਉਹ ਆਏ ਪਾਰਟੀ ਦੇ ਆ ਉਹ ਆਮ ਆਦਮੀ ਪਾਰਟੀ ਦੇ ਆ ਜੀ ਅੱਛਾ ਉਹ ਆਇਆ ਉਹਨਾਂ ਨੇ ਫੇਰੀ ਮਾਰੀ ਹੈ ਚਲੋ ਜਾਇਜਾ ਵੀ ਲੈ ਆ ਉਹਨਾਂ ਨੇ ਹੁਣ ਬਾਕੀ ਦੇਖੋ ਸਰਕਾਰ ਕਿਆ ਕਰਦੀ ਹੈ ਕਿ ਹਲੇ ਤੱਕ ਸਰਕਾਰ ਵੱਲੋਂ ਕੋਈ ਤੁਹਾਨੂੰ ਏਡ ਮਿਲੀ ਹੈ ਸਹਾਇਤਾ ਮਿਲੀ ਹੈ ਹਜੇ ਕੋਈ ਨਹੀਂ ਮਿਲੀ ਜੀ ਕੋਈ ਆਨ ਦਾਣਾ ਰੋਟੀ ਖਾਣ ਦੀ ਡੰਗਰਾਂ ਲਈ ਚਾਰਾ ਵਗੈਰਾ ਵਗੈਰਾ ਕੋਈ ਚੀਜ਼ਾਂ ਹਜੇ ਜੀ ਪਿੰਡਾਂ ਦੇ ਲੋਕ ਜਿਹੜੇ ਬਚੇ ਹੋਏ ਐ ਨਾ ਉਹ ਆਪਣਾ ਮੱਕੀ ਹਰੀ ਮੱਕੀ ਬੜੀ ਫਸਲ ਜਿਹੜੀ ਹੈਗੀ ਕੱਟ-ਕੱਟ ਕੇ ਪਜਾਰੇ ਉੱਥੇ ਟਰਾਲੀਆਂ ਦੇ ਟਰਾਲੀਆਂ ਪਜਾਰੇ ਆ ਪਰ ਪੂਰਾ ਨਹੀਂ ਹੋ ਰਿਹਾ ਕਿਉਂਕਿ ਡੰਗਰ ਬਹੁਤ ਸੀਗੇ ਬਹੁਤ ਨੁਕਸਾਨ ਹੋ ਗਿਆ ਤੇ ਜਿਹੜੇ ਪਿੰਡ ਦਾ ਇੱਕ ਕਲਸਟਰ ਸੱਤ ਪਿੰਡਾਂ ਦਾ ਉਹਦੇ ਚਲੇ ਪਾਣੀ ਨਹੀਂ ਹਟਿਆ ਨਹੀਂ ਉਹਨਾਂ ਪਾਣੀ ਤਾਂ ਹਟ ਗਿਆ ਜੀ ਹੁਣ ਪਾਣੀ ਡੋਨ ਹੋ ਗਿਆ ਅੱਛਾ ਪਰ ਜਿਹੜਾ ਨੁਕਸਾਨ ਹੈ ਹੁਣ ਜਿੱਦਾਂ ਘਰੇ ਨਹੀਂ ਰਹੇ ਕਾਫੀ ਬੰਦਿਆਂ ਦੇ ਤਾਂ ਅੱਛਾ ਫਿਰ ਲੋਕ ਕਿੱਥੇ ਗਏ ਕੈਂਪਾਂ 'ਚ ਗਏ ਕਿੱਥੇ ਆਪਣੇ ਰਿਸ਼ਤੇਦਾਰ ਨਹੀਂ ਨਹੀਂ ਆਪਣੇ ਰਿਸ਼ਤੇਦਾਰਾਂ ਦੇ ਘਰੇ ਆ ਕੋਈ ਕਿਸੇ ਦੇ ਘਰ ਕਾਰਖਾਨਾ ਖਾਲੀ ਛੱਡ ਕੇ ਚਲੇ ਗਏ ਛੱਡਣਾ ਪੈਣਾ ਜੀ ਮਜਬੂਰੀ ਮਜਬੂਰੀ ਦੇ ਬੱਸ ਹੋ ਕੇ ਛੱਡਣਾ ਪਿਆ ਉਹਨਾਂ ਨੂੰ ਕਰ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਹੁਣ ਤੁਹਾਨੂੰ ਕਦੋਂ ਤੱਕ ਸਰਕਾਰ ਨੇ ਕੋਈ ਅਸ਼ੋਰੈਂਸ ਦਿੱਤੀ ਹੈ ਵੀ ਡੀਸੀ ਆਇਆ ਤੇ ਡੀਸੀ ਨੇ ਕਿਹਾ ਵੀ ਮੈਂ ਅਮਦاد ਭੇਜਣੇ ਹਜੇ ਤਾਂ ਕੋਈ ਨਹੀਂ ਆਇਆ ਜੀ ਇਸ ਤਰ੍ਹਾਂ ਕਿੰਨੀ ਦੇਰ ਹੋ ਗਈ ਹੈ ਹਾੜਾ ਇਹਨੂੰ ਇਹ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਹੀ ਹਟਿਆ ਪਾਣੀ ਅੱਛਾ ਮਤਲਬ ਕੋਈ 7 ਦਿਨ ਤੇ ਹੋ ਹੀ ਗਿਆ ਨਾ 4-5 ਦਿਨ ਪਾਣੀ ਰਿਹਾ 3 ਦਿਨ 21 ਤਰੀਕ ਦਾ ਪਾਣੀ ਡੋਨ ਹੋ ਗਿਆ ਬਥੇਰੇ ਨਹੀਂ ਹੜ੍ਹ ਤੇ ਉਸ ਤੋਂ ਪਹਿਲੇ ਆਇਆ ਹਾਂ ਹੜ੍ਹ ਤੋਂ ਪਹਿਲਾਂ ਆਇਆ ਬਤਾ ਜੀ 5 ਦਿਨ ਰਿਹਾ ਨਾ 21 ਦਿਨ ਤੋਂ 5 ਮਾਈਨਸ ਕਰੀਏ ਤੇ 16 ਅਗਸਤ ਨੂੰ ਹੜ੍ਹ ਆਇਆ ਤੇ ਅੱਜ ਤੱਕ ਤੁਹਾਡੀ امداد ਕੋਈ ਸਰਕਾਰ ਵੱਲੋਂ ਨਹੀਂ ਆਈ ਨਹੀਂ ਜੀ ਹਜੇ ਕੋਈ ਇਦਾਂ ਦਾ ਨਹੀਂ ਆਇਆ ਵੀ ਤੇ ਤੁਹਾਡੇ ਲੋਕਾਂ ਦਾ ਕੋਈ ਡੈਲੀਗੇਸ਼ਨ ਵੀ ਮਿਲਣ ਗਿਆ ਡੀਸੀ ਨੂੰ ਬੇਮਦਦ ਕਰੋ ਜਾਂ ਮਦਦ ਕਰੋ ਜਾਂ ਮਨਿਸਟਰ ਨੂੰ ਉਹ ਤਾਂ ਮਿਲਦੇ ਆ ਚਲੋ ਜਿਹੜੇ ਐਮਐਲਏ ਸਾਹਿਬ ਹੋ ਤਾਂ ਵਿਚਰਦੇ ਆ ਲੋਕਾਂ ਦੇ ਉਹ ਸਾਡੇ ਵਿਚਰਨ ਦਾ ਤੇ ਕੋਈ ਮਤਲਬ ਨਹੀਂ ਨਾ ਹਜੇ ਤੱਕ ਵੈਸੇ ਕੋਈ ਉਹ ਕੋਈ امداد ਨਹੀਂ ਲੈ ਕੇ ਆਂਦਾ ਉਹ ਵਿਚਰ ਤੇ ਤਾਂ ਰਿਹਾ ਵੀ ਉਹਨੂੰ ਵੋਟਾਂ ਲੈਣੀਆਂ ਤੇ ਉਹਨੂੰ ਇਹ ਰਹਿ ਕੇ ਵੀ ਮੈਂ ਉਦੋਂ ਹੜਾਂ ਚ ਤੁਹਾਡਾ ਹਾਲ ਚਾਲ ਪੁੱਛਣ ਆਇਆ ਸੀ ਹਾਲ ਚਾਲ ਪੁੱਛਣ ਦਾ ਤੇ ਤਾਂ ਮਤਲਬ ਬਣਦਾ ਜੇਕਰ ਉਹ ਕੋਈ امداد ਵੀ ਲੈ ਕੇ ਆਇਆ ਹੋਵੇ ਮਦਦ ਲਈ ਕੋਈ ਆਨ ਰਾਸ਼ਨ ਹਾਂ ਇਦਾਂ ਤਾਂ ਥੋੜਾ ਬਹੁਤ ਰਾਸ਼ਨ ਪਾਣੀ ਤਾਂ ਉਹਨਾਂ ਪਜਾਇਆ ਸੀ ਪਜਵਾਇਆ ਹਾਂਜੀ ਪਜਵਾਇਆ ਦੀ ਤੇ ਜਿਹੜੇ ਹੈਗੇ ਨਾ ਲੋਕ ਉਹਨਾਂ ਤੱਕ ਪਹੁੰਚਿਆ ਹੈ ਥੋੜਾ ਬਹੁਤ ਜਿੰਨਾ ਕੁ ਉਹਨਾਂ ਤੇ ਹੋ ਸਕੇ ਉਹਨਾਂ ਕੁ ਪਿਆ ਰਹੇ ਹੋ ਤੋਂ ਇਹ ਪਾਣੀ ਦੀ ਇੱਕਦਮ ਸਪੀਡ ਨਾਲ ਆਣ ਕਰਕੇ ਹੋਇਆ ਇਹ ਸਾਰਾ ਕੁਝ ਸਪੀਡ ਦੇ ਨਾਲ ਜੀ ਪਾਣੀ ਆਇਆ ਹੀ ਬਹੁਤ ਹੈ ਇਸ ਵਾਰ ਅੱਛਾ ਸਪੀਡ ਦੇ ਨਾਲ ਵੀ ਆਇਆ ਤੇ ਪਾਣੀ ਆਇਆ ਹੀ ਬਹੁਤ ਹੈ ਲੋਕਾਂ ਨੇ 2-2 ਲੱਖ ਲਾ ਕੇ ਬੋਰ ਕਰਾਏ ਤੇ ਕਰਜ਼ੇ ਚੱਕ ਚੱਕ ਬੋਰ ਕਰਾਂ ਦੇ ਲੋਕ ਹੁਣ ਉਹ ਬੋਰ ਵੀ ਨਹੀਂ ਰਹੇ ਟਿਊਬਲ ਵੀ ਨਹੀਂ ਰਹੇ ਤੇ ਮੋਟਰਾਂ ਵੀ ਨਹੀਂ ਨਿਕਲ ਨਹੀਂ ਆਉਣ ਬਾਹਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਸ ਵਾਰ ਸੋ ਇਹ ਜਿਹੜਾ ਹੁਣ ਜਦੋਂ ਵੀ ਇਹ ਪਾਣੀ ਹਟੇਗਾ ਸੁਕੇਗਾ ਤੇ ਫਿਰ ਤੁਹਾਨੂੰ ਨਵੇਂ ਸਿਰਿਓਂ ਬੋਰ ਕਰਨੇ ਪੈਣਗੇ ਤੇ ਨਵੀਆਂ ਮੋਟਰਾਂ ਲਾਣੀਆਂ ਪੈਣਗੀਆਂ ਸਾਰਾ ਕੁਝ ਜੀ ਨਵਾਂ ਕਰਨਾ ਪੈਣਾ ਇੱਕ ਟਿਊਬਵੈਲ ਕਿੰਨੇ ਚ ਲੱਗਦਾ 2.5 ਲੱਖ ਰੁਪਇਆ 3 ਲੱਖ ਤੱਕ ਲੱਗ ਜਾਂਦਾ ਜੀ ਸੋ ਇਹ ਸਾਰਾ ਹੁਣ ਤੁਹਾਨੂੰ ਮੋੜ ਕਰਜ਼ਾ ਲੈ ਕੇ ਨਵੇਂ ਸਿਰਿਓਂ ਕੰਮ ਕਰਜੇ ਤਾਂ ਜੀ ਪਹਿਲੇ ਚੱਕੇ ਵਿੱਚ ਛੋਟੇ ਕਿਸਾਨ ਨੇ ਸਾਡੇ ਏਰੀਆ 'ਚ ਸਾਰੇ 5-7 7 ਕਿੱਲੇ ਵਾਲੇ ਕਿਸਾਨ ਹੈ ਇਹ ਤਾਂ ਉੱਪਰ ਦਾ ਕਿਸਾਨ ਹੈ ਵੀ ਨਹੀਂ ਪਰ ਉਹਨਾਂ ਨੇ ਕਰ ਜੇ ਚੱਕੇ ਵੀ ਹੁਣ ਤਾਂ ਸਰਕਾਰ ਵੱਲੋਂ ਦੇਖਦੇ ਵੀ ਜੇ ਕੁਝ ਸਰਕਾਰ ਦੀ ਮਦਦ ਆਵੇ ਕੋਈ ਤਾਂ ਕੁਝ ਨਾ ਕੁਝ ਬਣੂਗਾ ਨਹੀਂ ਤਾਂ ਇਹ ਜਿਹੜੀ ਆਬਾਦੀ ਹੈ ਪਿੰਡਾਂ ਦੀ ਉਹਦੇ ਚ ਕੀ ਨੁਕਸਾਨ ਹੋਇਆ ਆਬਾਦੀ ਚ ਜੀ ਜਿਹੜੇ ਇਹ ਤੁਹਾਨੂੰ ਦੱਸਿਆ ਜੀ ਬੇਲੇ ਹੈ ਬੇਲੇਾਂ ਦੇ ਪਿੰਡਾਂ ਦੇ ਪਿੰਡ ਜਿਹੜੇ ਉਹਨਾਂ ਦੇ ਘਰ ਵੀ ਢੜ ਗਏ ਉਹ ਡੰਗਰਾਂ ਦੇ ਡੰਗਰ ਜਿਹੜੇ ਡੈਰੀ ਦੇ ਸਿਰ ਤੇ ਗੁਜ਼ਾਰਾ ਕਰਦੇ ਤੇ ਉਹ ਡੰਗਰ ਰੱਖੇ ਹੋਏ ਤੇ ਬੇਰ ਕੱਚ ਦੁੱਧ ਪਾਉਂਦੇ ਤੇ ਉਹਨਾਂ ਦਾ ਡੰਗਰ ਵੀ ਮਰੇ ਆ ਕਾਫੀ ਲੋਕਾਂ ਦੇ ਤੇ ਹੁਣ ਤਾਂ ਚਾਰਾ ਵੀ ਨਹੀਂ ਰਿਹਾ ਡੰਗਰਾਂ ਨੂੰ ਪਾਣ ਡੰਗਰ ਡੰਗਰ ਹੜ੍ਹ ਵੀ ਗਏ ਹਨ ਹੜ੍ਹ ਵੀ ਗਏ ਹੜ੍ਹ ਵੀ ਗਏ ਜੀ ਮਰ ਵੀ ਗਏ ਮਰ ਵੀ ਗਏ ਮਰ ਵੀ ਗਏ ਜੀ ਮਾਰ ਕੀ ਪਾਣੀ ਡੁੱਬ ਕੇ ਮਰ ਗਏ ਪਾਣੀ ਚ ਡੁੱਬ ਗਏ ਜਿਨ੍ਹਾਂ ਜਿਨ੍ਹਾਂ ਨੂੰ ਖੋਲਣ ਦਾ ਮੌਕਾ ਨਹੀਂ ਮਿਲਿਆ ਕਾਫੀ ਡੰਗਰਾਂ ਨੂੰ ਬੰਨੇ ਰਹਿ ਗਏ ਜੇ ਡੰਗਰ ਖੁੱਲਾ ਹੋਵਤਾ ਤਾਂ ਤੈਰ ਕੇ ਲੱਗ ਜਾਂਦਾ ਕਿਤੇ ਨਾ ਕਿਤੇ ਸਭ ਉਹ ਖੋਲਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਨੂੰ